ਯਾਦ ਸੀਗਾ ਕੁਛ? ਕੁਛ ਵੀ ਨਹੀਂ ਯਾਦ ਸੀ ਜਦੋਂ ਤੂੰ ਆਇਆ ਮੇਰੇ ਕੋਲ ਇੱਥੇ ਖਿਲਾਇਆ ਕੀ ਤੈਨੂੰ ਉੱਥੇ ਖਿਲਾਇਆ ਕੁਛ? ਕਿੰਨੇ ਖਿਲਾਈ ਉਹ? ਅੱਛਾ ਟੌਫੀ ਖਿਲਾਈ ਤੈਨੂੰ ਤੇ ਟੌਫੀ ਖਿਲਾ ਕੇ ਕੀ ਕਿਹਾ ਤੈਨੂੰ? ਕਿੰਨੇ ਜਾਣੇ ਸੀ ਉਹ? ਇੱਕ ਜਾਣਾ ਸੀ ਉਤਰ ਗਈ ਫਿਰ ਮੈਂ ਦੱਸੋ ਇੱਥੇ ਆ ਗਈ ਫਿਰ ਬੱਚਾ ਲੱਗੇ ਵੀ ਮੇਰੀ ਭਾਬੀ ਵੀ ਆ ਗਈ ਤੁਸੀਂ ਕੌਣ ਕੌਣ ਜਾ ਰਹੇ ਸੀ ਸਫ਼ਰ ਕਰਦੇ? ਤੁਸੀਂ ਵੀ ਉੱਥੋਂ ਆਏ ਸਾਰੇ? ਕਿੱਦਣ ਦੇ? ਸਾਡੇ ਕਲਾਸ ਦੇ ਦੁਨੀਆ ਸਾਡੇ ਸਾਥ ਦੇ ਸਾਰੇ ਸਾਡੇ ਦੋਸਤ ਮਿੱਤਰ ਆ ਮੈਂ ਸੀ ਉੱਥੋਂ ਮੌਜੂਦਾ। ਅੱਛਾ ਜੀ ਮੇਰਾ ਮਿੱਤਰ ਹੀ ਹੈ ਅਸੀਂ ਤਾਂ ਰਾਤ ਵੀ ਇਹਨੇ ਨਾਲ ਫਰੀਦਕੋਟ ਤੋਂ ਲੱਭਣ ਡਿਆ ਮਾਮਾ ਨੂੰ ਫਰੀਦਕੋਟ ਤੋਂ ਅਸੀਂ ਸਿੱਧਾ ਟਾਂਡੇ ਦਸੂਏ ਸਾਰਾ ਕੋਈ ਸਟੇਸ਼ਨ ਮਤਲਬ ਸਾਰਾ ਕੱਲ ਦੇ ਲੱਗੇ ਜਾਂਦੇ ਰਾਤ ਦੇ ਲੱਗੇ ਹੋਏ ਆ ਇਹਨੇ ਸਾਨੂੰ 5:30 ਦੱਸਿਆ ਵੀ 7 ਵਜੇ ਗੱਡੀਆਂ ਕੱਢ ਲਈਆਂ ਅਸੀਂ ਰਾਤ ਦੇ ਇੱਥੇ ਪਠਾਨਕੋਟ ਇਹਨਾਂ ਦੇ ਨਾਲ ਕੇ ਰਹੇ ਹਾਂ ਅਸੀਂ 3 ਵਜੇ ਪਹੁੰਚੇ 6 ਵਜੇ ਉੱਠ ਕੇ ਫਿਰ ਪਠਾਨਕੋਟ ਜੇ ਕਿਸੇ ਨੇ ਕੁਛ ਖਿਲਾਇਆ ਤੇ ਇੰਨਾ ਵੀ ਉਹ ਕਾਊਂਟਰ ਨਹੀਂ ਕਰ ਸਕਿਆ ਜਾਣਾ ਅਦਰਵਾਈਜ਼ ਕੋਈ ਪਲਾਨਿੰਗ ਕਿਸੇ ਦੀ ਇੱਦਾਂ ਸੀ ਬੈਠੋ
ਪਛਾਣ ਕੇ ਕੌਣ ਆ, ਕੌਣ ਆ ਹੁਣ ਹੁਣ ਹੈ ਆ ਕੌਣ ਆ, ਕੱਲ ਪਛਾਣਿਆ ਨੀ ਤੂੰ, ਯਾਦ ਸੀਗਾ ਕੁਛ? ਕੁਛ ਵੀ ਨੀ ਯਾਦ ਸੀ ਜਦੋਂ ਤੂੰ ਆਇਆ ਮੇਰੇ ਕੋਲ ਇੱਥੇ। ਕੀ ਖਲਾਇਆ, ਕੀ ਤੈਨੂੰ ਉੱਥੇ ਖਲਾਇਆ ਕੁਛ? ਕਿੰਨੇ ਖਲਾਈ ਉਹ? ਅੱਛਾ ਟੋਫੀ ਖਲਾਈ ਤੈਨੂੰ, ਤੇ ਟੋਫੀ ਖਲਾ ਕੇ ਕੀ ਕਿਹਾ ਤੈਨੂੰ? ਅੱਛਾ ਕਿੰਨੇ ਜਾਣੇ ਸੀ ਉਹ? ਇੱਕ ਜਾਣਾ ਸੀ। ਫਿਰ ਤੂੰ ਐਨੂੰ ਆ ਗਿਆ ਇੱਧਰ ਨੂੰ ਤੁਰਿਆ ਆਇਆ ਨੂੰ, ਉਹ ਯਾਦ ਆ ਤੈਨੂੰ ਜਦੋਂ ਤੁਰ ਕੇ ਆਇਆ ਤੂੰ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਬੱਚੇ ਦੀ ਅਸੀਂ ਇੱਕ ਲਾਈਵ ਹੋਈ ਸੀ, ਵੀਡੀਓ ਪਾਈ ਸੀ ਵੀ ਉਹ ਬੱਚਾ ਦੱਸ ਨਹੀਂ ਰਿਹਾ। ਸਾਨੂੰ ਲੱਗਦਾ ਸੀ ਵੀ ਉਹ ਘਰੋਂ ਲੜ ਕੇ ਆਇਆ ਤਾਂ ਦੱਸ ਨਹੀਂ ਰਿਹਾ। ਕਈ ਵਾਰ ਬੱਚੇ ਸਾਨੂੰ ਬਹੁਤ ਮਿਲਦੇ ਆ ਵੀ ਘਰੋਂ ਲੜਾਈ ਝਗੜਾ ਕਰਕੇ ਆ ਜਾਣਾ ਅਤੇ ਉਹ ਫਿਰ ਕੁੱਟਦੇ ਬਿਲਕੁਲ, ਮੈਨੂੰ ਘਰ ਜਾ ਕੇ ਝਿੜਕਾਂ ਪੈਣੀਆਂ ਕੁੱਟਣਾ ਅਤੇ ਉਹਨਾਂ ਨੇ ਬੋਲਣਾ ਕੁਛ ਨਹੀਂ। ਅਤੇ ਅੱਜ ਹੀ ਤਕਰੀਬਨ ਕੱਲ੍ਹ ਦਸੂਹੇ ਤੋਂ ਇਹ ਬੱਚਾ ਜਿਵੇਂ ਆਉਂਦਾ ਪਿਆ ਸੀਗਾ ਅਤੇ ਸਾਡੇ ਇਲਾਕੇ ਦੇ ਕੋਈ ਨੌਜਵਾਨਾਂ ਨੇ ਦੇਖਿਆ, ਹੱਥ ਦਿੱਤਾ ਅਤੇ ਉਹਨਾਂ ਨੇ ਇਹਨੂੰ ਪੁੱਛਿਆ ਕੌਣ ਆ ਅਤੇ ਇਹਨੇ ਸਹੀ ਜਿਹੜਾ ਆਪਣਾ ਐਡਰੈਸ ਨਾ ਦੱਸਦਾ ਨਾ ਨਾਂ ਸਹੀ ਦੱਸਿਆ ਅਤੇ ਫਿਰ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ, ਚਲੋ ਅਸੀਂ ਇੱਥੇ ਲਏ ਉਹ ਲੈ ਕੇ ਆ ਗਏ। ਨਹੀਂ ਤਾਂ ਕਈ ਵਾਰੀ ਇਹ ਬੱਚਾ ਕਿਤੇ ਗਲਤ ਹੱਥਾਂ 'ਚ ਆ ਜਾਂਦਾ ਕੱਲ੍ਹ ਅਤੇ ਕੁਛ ਤਾਂ ਕੁਛ ਵਿਗੜ ਜਾਂਦਾ, ਫਿਰ ਬੰਦੇ ਦੇ ਹੱਥੋਂ ਜਿਹੜਾ ਉਹ ਟਾਈਮ ਉਹ ਖੁੰਝ ਜਾਂਦਾ ਬੰਦਾ। ਅਤੇ ਕੱਲ੍ਹ ਉਹ ਸਹੀ ਟਾਈਮ 'ਤੇ ਇੱਥੇ ਲੈ ਕੇ ਆਏ, ਫਿਰ ਵੀਡੀਓ ਪਾਈ ਅਤੇ ਕੱਲ੍ਹ ਦਾ ਤਕਰੀਬਨ ਸਾਨੂੰ ਕੁਛ ਨਹੀਂ ਸੀ ਪਤਾ ਵੀ ਕੌਣ ਆ, ਕਿੱਥੇ ਦਾ ਰਹਿਣ ਵਾਲਾ। ਅੱਜ ਜਿਹੜੀ ਇਹਨੂੰ ਇਹ ਦੱਸਦੀ ਆ, ਬਾਕੀ ਇਹ ਭੈਣ ਦੱਸੂਗੀ ਕਿਉਂਕਿ ਇਹ ਸਫ਼ਰ ਕਰਕੇ ਆਪਣੇ ਮਾਮਿਆਂ ਦੇ ਆ ਰਹੇ ਸੀ, ਹੈ ਇਹ ਫਰੀਦਕੋਟ ਦੇ ਰਹਿਣ ਵਾਲੇ ਆ ਅਤੇ ਪਠਾਨਕੋਟ ਆਪਣੇ ਨਾਨਕਿਆਂ ਦੇ ਗਏ ਸੀ ਅਤੇ ਟ੍ਰੇਨ ਦੇ ਵਿੱਚੋਂ ਆ ਰਹੇ ਸੀ। ਅਤੇ ਬਾਕੀ ਭੈਣ ਦੱਸੂਗੀ ਕਿ ਦੱਸਦੇ ਕੋਈ ਖਿਲਾਇਆ ਵੀ ਉਹ ਬੱਚਾ ਆਪ ਦੱਸਦਾ ਮੈਨੂੰ ਕਿਸੇ ਨੇ ਟੋਫੀ ਦਿੱਤੀ। ਭੈਣੇ ਕਿੱਥੋਂ ਆ ਰਹੇ ਸੀ ਤੁਸੀਂ? ਪਠਾਨਕੋਟ ਤੋਂ ਆ ਰਹੇ? ਅੱਛਾ ਜੀ। ਅੱਛਾ ਮੈਂ ਵੇਖਿਆ ਕਿ ਪਤਾ ਨਹੀਂ ਫਰੈਸ਼ ਹੋਣ ਲੱਗ ਪਿਆ ਬੱਚਾ ਤਾਂ ਕਾਫੀ ਚਿਰ ਹੋ ਗਿਆ ਤਾਂ ਟ੍ਰੇਨ ਤੁਰਨ ਲੱਗ ਪਈ ਤੇ ਟਾਂਡਾ ਵੀ ਨਿਕਲ ਗਿਆ। ਮੈਂ ਬੱਚੇ ਨੂੰ ਦੇਖ ਰਹੀ ਹਾਂ ਕਿ ਮੇਰਾ ਬੱਚਾ ਨਹੀਂ ਹੈ ਟ੍ਰੇਨ 'ਚ। ਫਿਰ ਮੈਂ ਭੋਗਪੁਰ ਉਤਰ ਗਈ, ਫਿਰ ਮੈਂ ਉੱਥੇ ਵਾਪਸ ਉਹੀ ਸਟੇਸ਼ਨ ਤੇ ਆਈ, ਬੇਟਾ ਅੱਗੇ ਨਜ਼ਰ ਨਹੀਂ ਆਇਆ। ਅੱਛਾ ਫਿਰ ਤੁਸੀਂ ਵਾਪਸ ਹੋਏ ਆਏ? ਜੀ ਹੋਏ ਆਏ। ਫਿਰ ਬੱਸੇ ਆਏ? ਨਹੀਂ, ਅੱਛਾ ਟ੍ਰੇਨ ਹੀ ਫੜ ਲਈ। ਟ੍ਰੇਨ ਹੀ ਫੜ ਲਈ? ਅੱਛਾ ਠੀਕ ਹੈ ਜੀ। ਤੇ ਫਿਰ ਮੈਂ ਸੁਬਾ ਤੁਹਾਡੇ ਵੱਲੋਂ ਟੀਮ ਤੋਂ ਫੋਨ ਆਇਆ ਕੋਈ? ਹਾਂਜੀ, ਉਹਨਾਂ ਨੇ ਦੱਸਿਆ ਕਿ ਤੁਸ਼ਾਰ ਨਾਂ ਦਾ ਲੜਕਾ ਸਾਡੇ ਕੋਲ। ਫਿਰ ਅਸੀਂ ਸੰਪਰਕ ਕਰ ਲਿਆ ਸਾਰਿਆਂ ਨੇ ਕਿ ਇੱਧਰੋਂ ਫੋਨ ਆਇਆ, ਸਾਡੇ ਨਾਲ ਸਾਡੇ ਭਰਾ ਵੀ ਆਏ ਹੋਏ ਨੇ, ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ। ਤੁਸ਼ਾਰ ਕਿੱਦਾਂ, ਠੀਕ ਆ ਹੁਣ? ਕੀ ਖਵਾਇਆ ਸੀ ਤੈਨੂੰ ਉਹਨੇ ਉੱਥੇ? ਕਿੱਦਾਂ ਦਾ ਬੰਦਾ ਸੀ ਉਹ? ਮੂੰਹ ਤੇ ਰੁਮਾਲ ਬੰਨੇ? ਸਿਰ ਤੇ ਕੀ ਸੀ? ਮੋਨਾ ਸੀਗਾ। ਤੈਨੂੰ ਆਣ ਕੇ ਕੀ ਕਹਿੰਦਾ? ਪਰਸ ਕਿਹੜਾ ਆਪਣਾ ਦਿੱਤਾ ਤੂੰ? ਉਹਦਾ ਡਿੱਗਿਆ ਸੀ। ਉਹ ਤੋਂ ਬਾਅਦ ਤੈਨੂੰ ਕੁਛ ਨੀ ਪਤਾ ਬਾਈ ਜੀ ਕੀ ਕੰਮ ਕਰਦੇ ਤੁਸੀਂ?
ਤੁਸੀਂ ਬਾਈ ਜੀ ਫਿਰ ਕੱਲ ਹੀ ਲੈ ਕੇ ਤੁਰ ਪਏ ਇਹਨਾਂ ਨੂੰ ਜਦੋਂ ਪਤਾ ਲੱਗਿਆ? ਕੱਲ ਅਸੀਂ ਤੁਰ ਪਏ ਸੀਗੇ ਆਪਾਂ ਫਰੀਦਕੋਟ ਤੋਂ, ਸਾਡੇ ਸਾਰੇ ਨਾਲ ਮਿੱਤਰ ਸੀਗੇ। ਅੱਛਾ ਜੀ। ਉੱਥੋਂ ਫਿਰ ਅਸੀਂ ਅਲੱਗ ਅਲੱਗ ਸਟੇਸ਼ਨ ਤੋਂ ਪਤਾ ਕਰਦੇ ਦੇਖਦੇ 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 ਦਾ ਕੀ ਤਕਰੀਬਨ 3 ਵਜੇ ਤੱਕ ਅਸੀਂ ਪਠਾਨਕੋਟ ਪਹੁੰਚ ਗਏ। ਅੱਛਾ ਜੀ। ਸੁਬਹਾ ਦੇਰ ਤੱਕ ਕੀਤਾ, ਉਦੋਂ ਤੱਕ ਤੁਹਾਡੀ ਟੀਮ ਦਾ ਇੱਕ ਕਾਲ ਆ ਜੀ, ਠੀਕ, ਅਤੇ ਫਿਰ ਅਸੀਂ ਸੰਪਰਕ ਕਰਕੇ ਤੁਹਾਡੇ ਕੋਲ ਪਹੁੰਚ ਗਏ। ਅਸੀਂ ਸਾਰੀ ਫਰੀਦਕੋਟ ਦੀ ਵੀ ਲੱਭਦੇ ਰਹੇ, ਕਿਉਂਕਿ ਜਿਹਨਾਂ ਦਾ ਬੱਚਾ ਗਿਆ ਹੋਵੇ ਕਿੱਥੇ ਟਿਕਾ ਆਉਂਦਾ, ਸਾਰੀ ਰਾਤ ਦੇ ਲੱਭਦੇ ਰਹੇ। ਪਰ ਜਦੋਂ ਸਵੇਰੇ ਫਿਰ ਸਾਡੀ ਵਿਸ਼ਾਲ ਟੀਮ ਮੈਂਬਰ ਨੂੰ ਜਦੋਂ ਇਹ ਸਹੀ ਹੋਇਆ, ਨੀਂਦ ਪੂਰੀ ਹੋਈ, ਰੋਟੀ ਪਾਣੀ ਖਾ ਕੇ ਫਿਰ ਆਪਣਾ ਨੰਬਰ ਬੋਲਿਆ, ਤੇ ਫਿਰ ਜਾ ਕੇ ਇਹਨੇ ਉਹ ਟੀਮ ਜਿਹੜਾ ਨੰਬਰ ਉਹ ਸਹੀ ਜਾ ਕੇ ਰਾਜਾ ਕਿਹਨੇ ਚੱਕਿਆ ਪਹਿਲਾਂ? ਉਹ ਤੁਹਾਡਾ ਨੰਬਰ ਬੋਲਿਆ, ਮਾਤਾ ਦਾ ਨੰਬਰ ਨੂੰ ਜਾ ਕੇ ਮਾਂ ਉਹਦੀ ਨੂੰ ਲੱਗਾ, ਤੇ ਫਿਰ ਉਹ ਅੱਜ ਇੱਥੇ ਪਹੁੰਚੀ ਆ ਲੈਣ ਦੇ ਲਈ। ਤੇ ਧੰਨਵਾਦ ਸਾਰੀ ਸੰਗਤ ਦਾ, ਜਿਹੜੇ ਏਦਾਂ ਦੇਖ ਕੇ ਕੋਈ ਲੈ ਤਾਂ ਆਏ ਨਾ ਉਹ ਵੀਰਾਂ ਦਾ, ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਹੈ ਜਿਹੜੇ ਵੀਰ ਖੜੇ ਹੋ ਕੇ ਉਹਨੂੰ ਲੈ ਕੇ ਜਿਹੜਾ ਇੱਥੇ ਪਹੁੰਚਿਆ। ਵਿੱਕੀ ਅਰਗੋਵਾਲ ਦੇ ਨਾਲ ਦੇ ਸੀ ਵੀਰ, ਉਹ ਵਿੱਕੀ ਦਾ ਫੋਨ ਆਇਆ ਮੈਨੂੰ ਵੀਰ ਦਾ, ਤੇ ਉਹਦੇ ਨਾਲ ਦੇ ਵੀਰ ਸੀਗੇ, ਤੇ ਉਹਨਾਂ ਨੇ ਜਿਹੜਾ ਟਾਈਮ ਰਹਿੰਦੇ ਇੱਥੇ ਤੱਕ ਪਹੁੰਚਾ ਦਿੱਤਾ। ਨਹੀਂ ਤਾਂ ਅਸੀਂ ਦੇਖਦੇ ਹੀ ਹਾਂ ਕੋਈ 20-25 ਸਾਲ ਬਾਅਦ ਜਿਵੇਂ ਅਸੀਂ ਛਡਾਉਂਦੇ ਹਾਂ, ਕੋਈ ਬਾੜਿਆਂ 'ਚ ਛਡਾਉਂਦੇ ਹਾਂ, ਕੋਈ ਕਿਤੇ ਬੰਧੂਆ ਮਜ਼ਦੂਰ ਬਣਾ ਬਣਾ ਕੰਮ ਹੀ ਕਰਾਈ ਜਾਂਦੇ ਆ, ਇਹ ਉਹ ਕੇਸ ਲੱਗਦਾ ਸੀ ਜਿਵੇਂ ਇਹਨੂੰ ਵਰਗਲਾ ਕੇ ਉੱਥੋਂ ਸਟੇਸ਼ਨ ਦੇ ਉੱਪਰੋਂ ਕਿਤੇ ਲਿਜਾ ਕੇ ਛੱਡਣਾ ਹੀ ਸੀਗਾ, ਅਤੇ ਉਹ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ, ਜਿਹੜਾ ਇੱਟ ਸਟੇਸ਼ਨ ਤੋਂ ਬਾਹਰ ਆ ਗਿਆ ਜਾਂ ਉਹਦਾ ਕਿਤੇ ਕੋਈ ਟਾਈਮ ਨਹੀਂ ਰਲੇਗਾ, ਸਟੇਸ਼ਨ ਤੋਂ ਬਾਹਰ ਆ ਗਿਆ, ਫਿਰ ਬਾਹਰ ਆਉਂਦੇ ਆਉਂਦੇ ਫਿਰ ਉਹ ਵੀਰਾਂ ਨੂੰ ਮਿਲ ਗਿਆ, ਵੀਰ ਸਾਡੇ ਤੱਕ ਪਹੁੰਚਦਾ ਕੀਤਾ। ਸਾਡਾ ਹੈਲਪਲਾਈਨ ਨੰਬਰ 9472-7895। ਕਿਤੇ ਵੀ ਕੋਈ ਇਹੋ ਜਿਹਾ ਵੀਰ ਹੋਵੇ ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਪਰਿਵਾਰ ਨਾਲ ਸਾਡੇ ਖੜੇ ਸਾਰੇ ਵੱਜੀ ਜਾਂਦੇ ਨੇ ਲੋਕਾਂ ਦੇ ਆਉਣ ਦੇ। ਇਹ ਵੀ ਬਸ ਥੋੜਾ ਜਿਹਾ ਨਾ ਸ਼ਾਮ ਨੂੰ ਤੁਹਾਨੂੰ ਦੱਸੀ 5:30 ਤੋਂ ਬਾਅਦ, ਸਾਢੇ 11 ਵਜੇ ਤੋਂ ਬਾਅਦ ਤੇ ਆਪ ਹੀ ਲੱਭ ਲਓ, ਜਿਹੜੇ 12 ਵਜੇ ਜਿੰਨੇ ਵੀ ਪਤਾ ਲੱਗਿਆ ਆਪ ਹੀ ਲੱਭਦੇ ਰਹੇ ਟ੍ਰੇਨਾਂ 'ਚ। 5:30 ਤੋਂ ਬਾਅਦ ਪਤਾ ਲੱਗਿਆ ਸਾਨੂੰ ਸਾਢੇ 11 ਵਜੇ ਆ ਗਈ ਹੋਣੀ, 11:30 ਵਜੇ ਜਾਣਾ, ਪ੍ਰਸ਼ਾਦਾ ਚੁੱਕਿਆ।